ਲੋ ਜੀ ਭਾਜੀ ਅੱਜ ਅਸੀਂ ਜਨਾਬ ਅੱਲਾ ਦੇ ਹੁਕਮ ਨਾਲ ਜਿਹੜਾ ਪੰਜਾਬ ਮੰਡੀ ਮੰਗੋਵਾਲ ਜਿਹੜੀ ਲੱਗਦੀ ਹੈ ਇੱਥੇ ਜਨਾਬ ਮੌਜੂਦ ਹੈਗੇ ਹਾਂ ਅਤੇ ਜਾਨਵਰ ਤਾਂ ਇੱਥੇ ਥੋੜ੍ਹੇ ਜਿਹੇ ਮਾੜੇ ਹੀ ਆਉਂਦੇ ਨੇ ਮਗਰ ਕਿਤੇ ਕਿਤੇ ਅੱਛੇ ਵੀ ਜਾਨਵਰ ਆ ਜਾਂਦੇ ਨੇ ਅਤੇ ਚਲੋ ਜ਼ਰਾ ਦੇਖਦੇ ਹਾਂ ਇਹ ਪੁੱਛਦੇ ਹਾਂ ਇਸ ਘੋੜੀ ਦੀ ਕੀ ਕੀਮਤ ਕੀ ਹੈ ਕਿੰਨੇ ਪੈਸੇ ਘੋੜੀ ਦੇ 55,000 ਲਓ ਜੀ 55,000 ਰੁਪਇਆ ਘੋੜੀ ਦੀ ਕੀਮਤ ਜੇ ਦੋਵੇਂ ਮੁੱਠੇ ਜਿਹੜੇ ਪਿਛਲੇ ਉਹ ਬੈਠੇ ਹੋਏ ਨਾ ਦੋਵੇਂ ਮੁੱਠੇ ਬੇਕਾਰ ਹੈ ਬੈਠੇ ਨੇ ਅਤੇ ਬਲਕਿ ਅਗਲੇ ਵੀ ਬੈਠੇ ਹੀ ਹੋਏ 55,000 ਅਤੇ ਉਮਰ ਕਿੰਨੀ ਕੁ ਹੈਗੀ ਇਹਦੀ ਬਸ ਸਾਰੇ 5 ਸਾਲ ਹੀ ਆਉਂਦੇ ਹਨ ਅਤੇ ਕਿਹੜੀ ਜਗ੍ਹਾ ਤੋਂ ਵੀਰ ਜੀ ਆਏ ਜੇ ਕੋਈ ਮੋਬਾਈਲ ਨੰਬਰ ਹੈਗਾ ਫੋਨ ਨੰਬਰ ਕੀ ਨੰਬਰ ਜੇ 0341-0427-83 ਅਤੇ ਕੀ ਨਾਂ ਕੀ ਹੈ ਵਸੀਮ ਲਓ ਜੀ ਵਸੀਮ ਕੋਲ ਘੋੜੀ ਜੇ ਅਤੇ ਰਾਮ ਬਹੁਦਰਾ ਤੁਹਾਨੂੰ ਹੋਰ ਕੋਈ ਦਿਖਾਉਂਦੇ ਹਾਂ ਜਨਾਬ ਲੋਕ ਕਹਿੰਦੇ ਨੇ ਦੋਸਤ ਕਹਿੰਦੇ ਨੇ ਮੇਰੇ ਕਿ ਘੋੜੀਆਂ ਅੱਛੀਆਂ ਬਹੁਤ ਅਤੇ ਜਨਾਬ ਅੱਛੀਆਂ ਮੰਡੀ ਦੇ ਵਿੱਚੋਂ ਵੀ ਆਉਂਦੀਆਂ ਨੇ ਅਤੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਦਿਖਾਉਂਦੇ ਹਾਂ ਤਾਂ ਜਿਸ ਤਰ੍ਹਾਂ ਇਹ ਘੋੜੀ ਤੁਸੀਂ ਵੇਖੋ ਇਹ ਵੀਰ ਜੀ ਕਿੰਨੀ ਉਮਰ ਹੈ ਘੋੜੀ ਦੀ ਹੈ 1.5 ਸਾਲ ਦੀ ਹੈ ਯਾ ਅੱਲਾ ਤੋਬਾ ਕਿੰਨੇ ਝੂਠ ਮਾਰੀ ਜਾਂਦਾ ਹੈ ਜੀ ਦੇਖੋ ਇਹਦਾ ਮੈਂ ਝੂਠ ਤੁਹਾਨੂੰ ਹੁਣੇ ਦੱਸਣਾ ਓਏ ਆਵਾਜ਼ ਥੋੜ੍ਹੀ ਕਰੀ ਬਸ ਅਤੇ ਵੀਰ ਜੀ ਕਿੰਨੇ ਪੈਸੇ 60 ਫੋਨ ਨੰਬਰ ਹੈਗਾ ਕੋਈ ਨੰਬਰ ਦੱਸ ਵੀਰ ਜੀ ਕੀ ਨੰਬਰ ਕੀ ਤਾਰੇ ਦੱਸਿਆ ਜੇ ਨੰਬਰ ਨਹੀਂ ਦੱਸਦੇ ਅੱਲਾ ਭਲਾ ਕਰੇ ਭਾਈ ਤੇਰਾ ਤੁਸੀਂ ਨੰਬਰ ਨਹੀਂ ਦੱਸਦੇ ਤਾਂ ਮੈਂ ਕੀ ਕਹਿ ਸਕਦਾ ਲਓ ਜਨਾਬ ਉਮਰ ਕਿੰਨੀ ਹੈਗੀ ਹੈ ਇੱਧਰ ਮੂੰਹ ਤੇਰਾ ਪੱਟ ਕੇ ਵਹਾ ਦੇ ਲਓ ਜੀ 80,000 ਰੁਪਏ ਜੀ ਮੰਗਦਾ ਵਿਛੇਰੀ ਦਾ ਪੈਰ ਪੂਰ ਸਾਫ ਗਿਆ ਕਿੱਧਰ ਗਿਆ ਨੰਬਰ ਤਾਂ ਦੱਸੋ ਨੰਬਰ 0348 61 42 441 ਨਾਂ ਕੀ ਸੀ ਮੁਹੰਮਦ ਸ਼ਕੀਲ ਗੁਜਰਾਤ ਦਾ ਹੀ ਲਓ ਜੀ ਤਿੰਨ ਫਾਈਨਲ ਕਿੰਨੇ ਕੁ ਹੋ ਜਾਣਗੇ
ਫਾਈਨਲ ਕਿੰਨੇ ਕੋ ਜਾਣਾ? 75 ਤੋਂ ਘੱਟ ਨਹੀਂ ਦੇਣੇ। ਲਓ ਜੀ 75,000 ਤੋਂ 75,000 ਤੋਂ ਘੱਟ ਨਹੀਂ ਦੇਣੇ। ਕੀ ਕਰੀਏ? ਲਓ ਜਨਾਬ ਫੋਨ ਨੰਬਰ ਤਾਂ ਦਿਆ ਜੀ ਜ਼ਰਾ। ਕੀ ਕਹਿ ਰਹੇ ਸੀ ਤੁਸੀਂ? ਇਹਦਾ ਫਾਇਦਾ ਨਹੀਂ ਹੈਗਾ। ਨਹੀਂ ਤੁਸੀਂ ਕਹਿੰਦੇ ਯੂਟਿਊਬ ਦੇ ਉੱਤੇ ਵੀਡੀਓ ਸੱਟੀ ਉਹਨਾਂ ਕੋਈ ਫਾਇਦਾ ਨਹੀਂ। ਇਹ ਸਗੋਂ ਤੁਹਾਡਾ ਫਾਇਦਾ ਹੈ। ਇਹ ਇੱਥੇ ਘੋੜੀ ਨਾ ਵਿਕੇਗੀ ਅਤੇ ਉੱਥੇ ਫੋਨ ਕਰਕੇ ਘੋੜੀ ਖਰੀਦ ਲੈਂਦੇ ਨੇ, ਹੈ? ਇਹ ਤਾਂ ਸਗੋਂ ਤੇਰਾ ਫਾਇਦਾ ਹੈਗਾ, ਮੇਰਾ ਤਾਂ ਫਾਇਦਾ ਹੀ ਕੋਈ ਨਹੀਂ ਹੈਗਾ। ਕਹਿੰਦਾ ਯੂਟਿਊਬ ਦੇ ਵਿੱਚ ਵੀਡੀਓ ਸੱਟਿਆ ਫਾਇਦਾ ਹੀ ਕੋਈ ਨਹੀਂ ਹੈਗਾ। ਲੈ ਇੱਥੇ ਧੁੱਪੇ ਫਿਰਦਾ ਰਹਿ। ਲਓ ਜੀ ਬੰਦਾ ਕਹਿੰਦਾ ਜੀ ਯੂਟਿਊਬ ਦੇ ਉੱਤੇ ਵੀਡੀਓ ਸੱਟਿਆ ਆ ਕੇ ਫਾਇਦਾ ਹੀ ਨਹੀਂ ਹੈਗਾ। ਲਓ ਜਨਾਬ ਜਾਨਵਰ ਜਿਹੜੇ ਨੇ ਇੱਥੇ ਬਹੁਤ ਘੱਟ ਆਏ ਨੇ ਅਤੇ ਬਸ ਜਿਹੜਾ ਆਏ ਨੇ ਉਹ ਤੁਹਾਨੂੰ ਦਿਖਾ ਦਿੱਤੇ ਨੇ ਜਨਾਬ ਤੋਂ ਕੁਰਬਾਨੀ ਦੇ ਦਿਨ ਨੇ ਅਤੇ ਅੱਲਾਹ ਪਾਕ ਖੈਰ ਕਰੇ ਜੀ ਜਨਾਬ। ਇਹ ਜਾਨਵਰ ਸੀ ਜਿਹੜੇ ਤੁਹਾਨੂੰ ਅਸੀਂ ਦਿਖਾ ਦਿੱਤੇ ਨੇ ਮੈਂ ਅਤੇ ਮੇਰੇ ਵੀਰੋ ਅੱਲਾਹ ਪਾਕ ਤੁਹਾਡੇ 'ਤੇ ਰਹਿਮ ਕਰੇ ਅਤੇ ਰਹਿਮਤ ਕਰੇ। ਮੇਰੀਆਂ ਇਨਸ਼ਾਅੱਲਾ ਸਦਾ ਦੁਆਵਾਂ ਤੁਹਾਡੇ ਨਾਲ ਨੇ। ਵੀਡੀਓ ਲੇਟ ਹੋ ਜਾਂਦੀ ਹੈ ਉਹਦੀ ਵਜੂਹਾਤ ਹੈ, ਲੇਕਿਨ ਅੱਲਾਹ ਖੈਰ ਕਰੇਗਾ, ਅੱਲਾਹ ਤਾਲਾ ਬਿਹਤਰ ਕਰੇਗਾ ਸਾਰਿਆਂ ਵਾਸਤੇ। ਅਤੇ ਜਨਾਬ ਪਿਆਰ ਵੰਡਦੇ ਰਹੋ, ਭਾਵੇਂ ਛੋਟਾ ਹੈ ਭਾਵੇਂ ਬੱਚਾ ਹੈ ਭਾਵੇਂ ਕੋਈ ਹੈ, ਅੱਲਾਹ ਪਾਕ ਨੇ ਐਸਾ ਖਜ਼ਾਨਾ ਦਿੱਤਾ ਹੈ ਜਿਹੜਾ ਕਿ ਖਤਮ ਨਹੀਂ ਹੁੰਦਾ। ਜਿੰਨੀ ਵੀ
जिन्ना भी खर्च करोगे तुसी ये खजाना वधदा ही रहेगा वधदा ही रहेगा। इसलिए प्यार वंडो, मिठा बोल बोलो, तो दुनिया दे विच इहो ही जिंदगी जे, इहो ही सब कुछ जे, और कुछ भी नहीं। किसी दे दिल आजारी ना करो, किसी नूं सदमा ना दिओ, तकलीफ ना दिओ जनाब। ते जनाब साढ़े नबी पाक हज़रत मुहम्मद सल्लल्लाहु अलैहि वसल्लम फरमांदे ने कि अगर तैनू आजजी इख्तियार करन दे विच कोई कमी आ जाए ते हज़रत मुहम्मद सल्लल्लाहु अलैहि वसल्लम फरमांदे ने अगर तैनू आजजी इख्तियार करन दे विच कमी आ जावे ते क्यामत वाले दिन मेरे तो ले लें। यानी आजजी अगर इंसान इख्तियार कर लेंदा जनाब ते हर चीज़ ही इंशाअल्लाह उन्हें मिल जाती है। आजजी इख्तियार करो ते आजजी दे विच ही हर चीज़ इंशाअल्लाह अल्लाह पाक तुहानू अता कर देंगे। प्यार वंडो मेरे भावो, दुनिया ख़त्म होने वाली है, शौक भी रखो अपना, तुसी अपना शौक भी रखो। तो जनाब अल्लाह दी राह उत्ते भी चलो, मदद करो लोगों की, गरीबों की, जिन्हें जरूरत होती मदद करो। लो जनाब वीर जी किन्ने पैसे की कुड़ी दे माशाल्लाह, किन्ने पैसे की कुड़ी? 80,000 रुपया दे। 80,000 रुपया दे। उम्र कि 24 मुँह च मुँह से 24 है। तो कोई नंबर शंबर है अपने को? मोबाइल नंबर नंबर है। अच्छा 80,000 रुपया। लो जी जरा कहता पाया कि यूट्यूब उत्ते वीडियो सटिया कुछ भी नहीं, लो जनाब असं उनकी वीडियो बना लें। वीडियो अच्छी लगी हो तो लाइक एंड शेयर ज़रूर कीजिएगा। इजाज़त चाहता हूँ जी नई वीडियो में, इंशाल्लाह फिर मुलाकात होगी जी। अल्लाह हाफ़िज़।